ਪੰਜਾਬ ਸਰਕਾਰ ਵੱਲੋਂ ਹੁਣ ਘਰਾਂ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੱਲੋਂ ਆਪਣੇ ਹਲਕੇ ਦੇ ਲੋਕਾਂ ਨੂੰ ਮਾਸਕ ਵੰਡੇ ਗਏ ਤੇ ਲੋਕਾਂ ਨੂੰ ਬਿਨਾਂ ਮਾਸਕ ਤੋਂ ਸੜਕਾਂ ਤੇ ਨਾ ਘੁੰਮਣ ਦੀ ਨਸੀਹਤ ਦਿੱਤੀ ਗਈ। ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ, ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਇਹ ਪੂਰੇ ਪੰਜਾਬ ਦੇ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਵਿਅਕਤੀ ਆਪਣੇ ਘਰ ਨਿਕਲਣ ਤੋਂ ਪਹਿਲਾਂ, ਘਰੋਂ ਨਿਕਲਣ ਤੋਂ ਪਹਿਲਾਂ ਮਾਸਕ ਜ਼ਰੂਰ ਲਗਾਏਗਾ। ਸੋ ਮਾਸਕ ਲਗਾਉਣਾ ਇਸ ਲਈ ਵੀ ਜ਼ਰੂਰੀ ਹੋ ਗਿਆ ਕਿ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ, ਪਿਛਲੇ 24 ਘੰਟਿਆਂ 24 ਕੇਸਿਸ ਦਾ ਵਾਧਾ ਹੋਇਆ ਅਤੇ ਪੰਜਾਬ ਦੇ ਵਿੱਚ ਇਹ ਗਿਣਤੀ ਜਿਹੜੀ ਵੱਧ ਕੇ 130 ਹੋ ਗਈ ਹੈ। ਅਤੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਕਮਿਊਨਿਟੀ ਸਪਰੈਡ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਜਾਂ ਹੋਈ ਹੈ। ਸੋ ਉਸ ਤੋਂ ਬਚਣ ਦੇ ਲਈ ਮਾਸਕ ਲਗਾਉਣੇ ਜਿਹੜੇ ਆ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਸਾਰੇ ਪੰਜਾਬੀ ਵੀਰਾਂ ਨੂੰ ਕਿ ਸਾਨੂੰ ਕਰੋਨਾ 'ਤੇ ਜਿੱਤ ਪ੍ਰਾਪਤ ਕਰਨ ਦੇ ਲਈ ਜਿੱਥੇ ਜ਼ਰੂਰੀ ਹਦਾਇਤਾਂ ਪਾਲਣ ਕਰਨਾ ਉਹਨਾਂ ਦਾ ਜ਼ਰੂਰੀ ਹੈ, ਉੱਥੇ ਹੀ ਘਰ ਤੋਂ ਨਿਕਲਣ ਲੱਗੇ ਮਾਸਕ ਜਿਹੜਾ ਅਤਿ ਜ਼ਰੂਰੀ ਹੈ। ਔਰ ਇਸ ਦੇ ਨਾਲ ਨਾਲ ਇੰਨੇ ਨਹੀਂ, ਕੈਪਟਨ ਅਮਰਿੰਦਰ ਸਿੰਘ ਜੀ ਨੇ ਮੰਡੀਆਂ ਦੇ ਵਿੱਚ ਜਿੰਨੇ ਵੀ ਮਜ਼ਦੂਰ, ਜਿੰਨੇ ਵੀ ਮਾਰਕੀਟ ਕਮੇਟੀ, ਮੰਡੀ ਬੋਰਡ ਔਰ ਜਿੰਨੇ ਵੀ ਪ੍ਰੋਕਿਓਰਮੈਂਟ ਕਰਨ ਲਈ ਸਾਡੇ ਆੜ੍ਹਤੀਏ ਸਾਹਿਬਾਨ ਨੇ, ਕਿਸਾਨ ਵੀਰ ਨੇ, ਉਹਨਾਂ ਦੇ ਲਈ ਵੀ ਜਿਹੜੇ ਮਾਸਕ ਹੈ ਉਹ ਬਹੁਤ ਜ਼ਰੂਰੀ ਕਰ ਦਿੱਤੇ ਨੇ। ਸਰ, ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਹਦਾਇਤਾਂ ਜਾਰੀ ਕੀਤੀਆਂ ਗਈਆਂ? ਬਿਲਕੁਲ, ਪ੍ਰਸ਼ਾਸਨ ਨੂੰ ਲਿਖਤ ਹਦਾਇਤਾਂ ਜਿਹੜੀਆਂ CMO ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਲੋਕ ਜਿੰਨੇ ਵੀ ਨੇ ਘਰ ਤੋਂ ਬਾਹਰ ਘੁੰਮ ਰਹੇ ਨੇ ਉਹ ਇਸ ਹਦਾਇਤ ਦਾ, ਮਾਸਕ ਪਾਉਣ ਦਾ ਜਿਹੜੀ ਪਾਲਣਾ ਹੈ ਉਹ ਜ਼ਰੂਰੀ ਕਰ ਦਿੱਤੀ ਗਈ ਹੈ। ਸਰ, ਉਲੰਘਣਾ ਕਰਨ 'ਤੇ? ਹਾਂ, ਉਲੰਘਣਾ ਕਰਨ 'ਤੇ ਵੈਸੇ ਵੀ ਜਿਹੜਾ ਕਰਫਿਊ ਦੌਰਾਨ ਵੀ ਜਿੰਨੀਆਂ ਉਲੰਘਣਾ ਹੋ ਰਹੀਆਂ ਉਸ 'ਤੇ ਵੀ ਪਰਚੇ ਹੋ ਰਿਹਾ, ਔਰ ਇਸ ਦੀ ਵੀ ਜੇਕਰ ਉਲੰਘਣਾ ਕੋਈ ਕਰੇਗਾ ਉਸ ਨੂੰ ਵੀ ਕਰਫਿਊ ਦੀ ਉਲੰਘਣਾ ਹੀ ਸਮਝਿਆ ਜਾਏਗਾ। ਸੋ ਉਹਨਾਂ ਲਈ ਵੀ ਸਜ਼ਾ ਜਿਹੜੀ ਆ ਉਹ ਬਰਾਬਰ ਦੀ ਹੋਏਗੀ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਜੋ ਮਾਸਕ ਦੀ ਜੋ ਹਦਾਇਤ ਦਿੱਤੀ ਗਈ ਹੈ ਇਹ ਉਹਨਾਂ ਦੀ ਬਿਹਤਰੀ ਲਈ ਹੈ, ਕਿਉਂਕਿ ਕੁਝ ਕੇਸਿਸ ਐਸੇ ਵੀ ਪਾਏ ਗਏ ਆ ਜਿੱਥੇ ਕੋਈ ਵੀ ਕੰਟੈਕਟ ਸਾਹਮਣੇ ਨਹੀਂ ਆਇਆ। ਸੋ ਇਸ ਕਰਕੇ ਕਮਿਊਨਿਟੀ ਸਪਰੈਡ ਜਿਹੜੀ ਹੈ ਉਹਦਾ ਡਰ ਆ, ਔਰ ਉਹਦੇ ਤੋਂ ਬਚਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਹੈ ਕਿ ਮਾਸਕ ਲਾ ਕੇ ਰੱਖੀਏ ਔਰ ਕਰੋਨਾ ਵਾਇਰਸ ਦੇ ਉੱਪਰ ਜਿੱਤ ਪ੍ਰਾਪਤ ਕਰੀਏ। ਗੁਰਦੀਪ ਸਿੰਘ ਦੀ ਰਿਪੋਰਟ, ਟੀਵੀ NRI।